ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਬਹੁਤ ਹੀ ਜ਼ਰੂਰੀ ਸੂਚਨਾ। ਜਿਹੜੀ ਵੀਡੀਓ ਪਹਿਲਾਂ ਚੱਲ ਰਹੀ ਸੀ ਉਸ ਦੇ ਵਿੱਚ ਬਹੁਤ ਵੱਡੀ ਗਲਤੀ ਸੀ, ਉਹਦੇ ਲਈ ਅਸੀਂ ਮੁਆਫ਼ੀ ਮੰਗਦੇ ਹਾਂ। ਅਸੀਂ ਬ੍ਰਿਗੇਡੀਅਰ ਡੀ ਐਸ ਗਰੇਵਾਲ ਦੀ ਫੋਟੋ ਗਲਤ ਯੂਜ਼ ਕੀਤੀ ਹੈ। ਦਵਿੰਦਰ ਸਿੰਘ ਗਰੇਵਾਲ ਦੋ ਨਾਮ ਸੀ, ਇੱਕ ਡੇਵਿਡ ਗਰੇਵਾਲ ਵਜੋਂ ਵੀ ਜਾਣੇ ਜਾਂਦੇ ਹੈ ਜਿਹੜੇ ਜ਼ਿੰਦਾ। ਇਹ ਫੋਟੋ ਜਿਹੜੀ ਪਹਿਲਾਂ ਵੀਡੀਓ ਦੇ ਵਿੱਚ ਵਰਤੀ ਗਈ ਉਹ ਡੇਵਿਡ ਗਰੇਵਾਲ ਦੀ ਸੀ, ਨਾ ਕਿ ਸਵਰਗਵਾਸੀ ਦਵਿੰਦਰ ਸਿੰਘ ਗਰੇਵਾਲ ਦੀ, ਜਿਹੜੇ ਪੀ ਪੀ ਐਸ ਸੀ ਨਾਲ ਸੰਬੰਧਿਤ ਸੀ। ਉਹਦੇ ਲਈ ਅਸੀਂ ਬਹੁਤ ਹੀ ਖੇਦ ਮਹਿਸੂਸ ਕਰਦੇ ਹਾਂ, ਦੁੱਖ ਮਹਿਸੂਸ ਕਰਦੇ ਹਾਂ, ਸਾਡੇ ਤੋਂ ਗਲਤੀ ਹੋਈ, ਮੁਆਫ਼ੀ ਚਾਹੁੰਦੇ ਹਾਂ। ਜੋ ਨੁਕਸਾਨ ਗਰੇਵਾਲ ਸਾਹਿਬ ਦਾ ਹੋਇਆ ਜਿਹੜੇ ਜ਼ਿੰਦਾ ਨੇ ਉਹਦੇ ਲਈ ਅਸੀਂ ਮਾਜ਼ਰਤ ਚਾਹੁੰਦੇ ਹਾਂ। ਅਸੀਂ ਦਰੁਸਤੀ ਕਰਕੇ ਵੀਡੀਓ ਇਹ ਚਲਾਤੀ ਹੈ ਅਤੇ ਹੁਣ ਤੁਸੀਂ ਉਹ ਫੋਟੋ ਜਿਹੜੀ ਗਲਤ ਲੱਗੀ ਸੀ ਉਹ ਨਹੀਂ ਦੇਖ ਪਾਓਗੇ। ਖਿਮਾ ਦੇ ਯਾਚਕਾਂ, ਧੰਨਵਾਦ। ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਏਜੰਡਾ। ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬਰਜ਼ ਹੈ। ਪਹਿਲਾਂ ਖਬਰ ਸੰਖੇਪ 'ਚ ਅਤੇ ਫਿਰ ਦਿਆਂਗੇ ਵਿਸਤਾਰ। ਪਟਿਆਲਾ ਦੀ ਸਪੈਸ਼ਲ ਕੋਰਟ ਦੇ ਜੱਜ ਐਚ ਐਸ ਗਰੇਵਾਲ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਕੈਂਡਲ ਜਿਸ ਦੇ ਵਿੱਚ 312 ਮੈਡੀਕਲ ਅਫਸਰ ਯਾਨੀ ਕਿ ਡਾਕਟਰ 2008 ਅਤੇ 2009 ਦੇ ਵਿੱਚ ਬਾਦਲ ਸਰਕਾਰ ਵੇਲੇ ਭਰਤੀ ਕੀਤੇ ਗਏ ਸੀ, ਉਸ ਦੇ ਵਿੱਚ ਦੋ ਦੋਸ਼ੀ ਮੈਡਮ ਰਵਿੰਦਰ ਕੌਰ ਵਾਈਫ ਆਫ ਐਕਸ ਐਮ ਐਲ ਏ ਰਜਿੰਦਰ ਸਿੰਘ ਐਂਡ ਡਾਟਰ ਇਨ ਲਾਅ ਯਾਨੀ ਕਿ ਨੂੰ ਸਾਬਕਾ ਮੰਤਰੀ ਲਾਲ ਸਿੰਘ ਕੈਪਟਨ ਅਮਰਿੰਦਰ ਦੀ ਵਜ਼ਾਰਤ ਵਿੱਚ ਅਤੇ ਦਲਬੀਰ ਸਿੰਘ ਮਾਹਲ ਜੋ ਕਿ ਸਿੱਖ ਜੁਡੀਸ਼ਲ ਕਮਿਸ਼ਨ ਦੇ ਮੌਜੂਦਾ ਮੈਂਬਰ ਨੇ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਭਰਤੀ ਕੀਤੇ ਗਏ ਮੈਂਬਰ ਬਣਾਏ ਗਏ ਉਹਨਾਂ ਦੀਆਂ ਅਗਾਊਂ ਜ਼ਮਾਨਤਾਂ ਦੀ ਦਰਖਾਸਤ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਨੇ ਐਕਸ ਐਮ ਐਲ ਏ ਡਾਕਟਰ ਸਤਵੰਤ ਸਿੰਘ ਮੋਹੀ ਨੂੰ ਗ੍ਰਿਫਤਾਰ ਕੀਤਾ ਸੀ ਜੋ ਕਿ ਛਤਰਾਣਾ ਤੋਂ ਐਮ ਐਲ ਏ ਰਹੇ। ਇਸ ਵਕਤ ਬਾਕੀ ਦੇ ਦੋਸ਼ੀ ਰਵਿੰਦਰ ਕੌਰ, ਡੀ ਐਸ ਮਾਹਲ, ਅਨਿਲ ਸਰੀਨ ਅੰਡਰਗਰਾਊਂਡ ਯਾਨੀ ਕਿ ਰੂਪੋਸ਼ ਹੋ ਚੁੱਕੇ ਨੇ ਅਤੇ ਅਨਿਲ ਸਰੀਨ ਦੀ ਜ਼ਮਾਨਤ ਦਾ ਬਾਰੇ ਹਜੇ ਫੈਸਲਾ ਅਦਾਲਤ ਨੇ ਦੇਣਾ ਹੈ। ਹੁਣ ਖਬਰ ਦੇ ਵਿਸਤਾਰ। ਦੋਸਤੋ, ਸਭ ਤੋਂ ਪਹਿਲਾਂ ਕੁਛ ਤਸਵੀਰਾਂ ਦਿਖਾਉਂਦੇ ਹਾਂ। ਪਹਿਲੀ ਤਸਵੀਰ ਦੇਖੋ, ਐਕਸ ਚੇਅਰਮੈਨ ਜੋ ਕਿ ਹੁਣ ਸਵਰਗਵਾਸ ਹੋ ਚੁੱਕੇ ਨੇ ਸੰਜਿਤ ਸਿਨਹਾ, ਆਈ ਏ ਐਸ ਕੈਪਟਨ ਅਮਰਿੰਦਰ ਸਿੰਘ ਦੇ ਚਹੇਤੇ ਜੋ ਕਿ ਉਹਨਾਂ ਦੇ ਪ੍ਰਿੰਸੀਪਲ ਸੈਕਰੇਟਰੀ ਵੀ ਰਹੇ। ਦੂਜੀ ਤਸਵੀਰ ਤੁਸੀਂ ਵੇਖੋ, ਇੱਕ ਫੌਜੀ ਅਫਸਰ ਬ੍ਰਿਗੇਡੀਅਰ ਡੀ ਐਸ ਗਰੇਵਾਲ ਦੀ, ਪੂਰੇ ਹੋ ਚੁੱਕੇ ਹੈ, ਸਵਰਗਵਾਸ ਹੋ ਚੁੱਕੇ ਹੈ। ਤੀਜੀ ਤਸਵੀਰ ਤੁਸੀਂ ਵੇਖੋ, ਡਾਕਟਰ ਸਤਵੰਤ ਸਿੰਘ ਮੋਹੀ ਦੀ ਜੋ ਗ੍ਰਿਫਤਾਰ ਹੋ ਚੁੱਕੇ ਹੈ। ਚੌਥੀ ਤਸਵੀਰ ਰਵਿੰਦਰ ਕੌਰ ਦੀ ਜੋ ਕਿ ਡਾਕਟਰ ਇਨ ਲਾਅ
ਲਾਲ ਸਿੰਘ ਮੰਤਰੀ ਐਕਸ ਦੀ, ਪੰਜਵੀਂ ਤਸਵੀਰ ਦਲਬੀਰ ਸਿੰਘ ਮਾਹਲ ਦੀ ਜੁਡੀਸ਼ੀਅਲ ਕਮਿਸ਼ਨ ਦੇ ਮੈਂਬਰ, ਛੇਵੀਂ ਤਸਵੀਰ ਬੀਜੇਪੀ ਦੇ ਸਪੋਕਸਪਰਸਨ ਅਨਿਲ ਸਰੀਨ ਦੀ ਤੁਸੀਂ ਦੇਖ ਸਕਦੇ ਹੋ। ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਉਹ ਦੋ ਤਸਵੀਰਾਂ ਜਿਨ੍ਹਾਂ ਦੇ ਸਮੇਂ ਦੌਰਾਨ ਇਹ ਵੱਡਾ ਕਾਂਡ ਵਾਪਰਿਆ। ਇਹ ਕਾਂਡ ਦੇ ਮੁੱਖ ਦੋਸ਼ੀ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੀ ਤਸਵੀਰ ਵੇਖੋ। ਉਹਨਾਂ ਦੇ ਰਾਜ ਦੇ ਦੌਰਾਨ ਚੱਲਦੀ ਬਹੁਤੀ ਸੁਖਬੀਰ ਬਾਦਲ ਦੀ ਸੀ, ਉਹਨਾਂ ਦੀ ਤਸਵੀਰ ਵੀ ਦੇਖੋ। ਅਤੇ ਫਿਰ ਸੰਜਿਤ ਸਿਨਹਾ ਜਿਹੜੇ ਚੇਅਰਮੈਨ PPSC ਸੀ, ਉਹਨਾਂ ਦੇ ਵੇਲੇ ਮੁੱਖ ਮੰਤਰੀ ਯਾਨੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਹੇ 'ਤੇ, ਅਤੇ ਫਿਰ ਮੁੱਖ ਮੰਤਰੀ ਸਾਬਕਾ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵੀ ਵਿਖਾਉਣੀ ਜ਼ਰੂਰੀ ਹੈ। ਉਹ ਅੱਜ ਕੱਲ੍ਹ BJP ਦੇ ਬਹੁਤ ਵੱਡੇ ਲੀਡਰ ਬਣੇ ਹੋਏ ਨੇ ਅਤੇ ਪੰਜਾਬ ਦੇ ਵਿੱਚ BJP ਦੀ ਸੱਤਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਪ੍ਰਕਾਸ਼ ਸਿੰਘ ਬਾਦਲ ਪੂਰੇ ਹੋ ਚੁੱਕੇ ਨੇ, ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਦੋਂ ਮਰਜ਼ੀ ਚਾਹਣ ਜਾ ਕੇ ਮਿਲ ਸਕਦੇ ਨੇ। ਇਹ ਹਾਲ ਹੈ ਸਾਡੇ ਸੱਤਾਧਾਰੀ ਅਤੇ ਸਾਬਕਾ ਸੱਤਾਧਾਰੀ ਸਿਆਸਤਦਾਨਾਂ ਦਾ। ਹੁਣ ਤੁਹਾਨੂੰ ਦੱਸਦੇ ਹਾਂ ਕਿ ਸਪੈਸ਼ਲ ਜੱਜ HS ਗਰੇਵਾਲ ਨੇ ਆਪਣੇ ਆਦੇਸ਼ ਦੇ ਵਿੱਚ ਕੀ ਕਿਹਾ। ਪ੍ਰਾਇਮਾ ਫੇਸਾਏ ਮੁੱਢਲੇ ਤੌਰ 'ਤੇ ਉਹਨਾਂ ਨੇ ਇਹ ਮੰਨਿਆ ਕਿ ਇਸ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਬਹੁਤ ਜ਼ਿਆਦਾ ਗੜਬੜੀਆਂ ਹੋਈਆਂ ਨੇ। ਅੱਗੇ ਉਹਨਾਂ ਨੇ ਕਿਹਾ ਕਿ ਰਵਿੰਦਰ ਕੌਰ ਦੀ ਅਗਾਊਂ ਜ਼ਮਾਨਤ ਦੀ ਯਾਨੀ ਕਿ ਐਂਟੀਸਪੇਟਰੀ ਬੇਲ ਦੀ ਦਰਖਾਸਤ ਇਸ ਕਰਕੇ ਰੱਦ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਉਸ ਦੀ ਇੰਟਰਵਿਊ ਚੱਲ ਰਹੀ ਸੀ, ਉਸ ਵੱਲੋਂ ਕੀਤੀ ਜਾ ਰਹੀ ਸੀ, ਉਸ ਦੀ ਗੱਡੀ ਦੀ ਲੌਗ ਬੁੱਕ ਦੱਸਦੀ ਹੈ ਕਿ ਉਹ ਚੰਡੀਗੜ੍ਹ ਦੇ ਵਿੱਚ ਸੀ। ਅੱਗੇ ਉਹਨਾਂ ਨੇ ਕਿਹਾ ਕਿ ਜਿੰਨੇ ਰਿਕਰੂਟਮੈਂਟ ਰੂਲਸ ਸੀ, ਜਿਹਦੀ ਸਬ ਕਮੇਟੀ ਬਣੀ ਚੇਂਜ ਕਰਨ ਲਈ, ਉਹਦੀ ਮੈਂਬਰ ਸੀ ਰਵਿੰਦਰ ਕੌਰ। ਇਹ ਰੂਲਸ ਚੇਂਜ ਹੋਏ 6/11/2008 ਨੂੰ। ਇਹਨਾਂ ਰੂਲਸ ਦੇ ਮੁਤਾਬਕ ਐਕਡੈਮਿਕ ਰਿਕਾਰਡ ਦਾ ਕੋਈ ਨੰਬਰ ਨਹੀਂ ਦਿੱਤਾ ਗਿਆ, ਸਿਰਫ ਵਾਇਵਾ ਵੋਇਸ ਜਿਹਨੂੰ ਕਹਿੰਦੇ ਆ ਕਿ ਸਿਰਫ ਇੰਟਰਵਿਊ ਦੇ ਨੰਬਰ ਲਾਏ ਗਏ, 50 ਨੰਬਰ ਰੱਖੇ ਗਏ ਅਤੇ ਬਾਕੀ ਸੋਸ਼ਲ ਵਰਕ ਦੇ ਬਹੁਤ ਜ਼ਿਆਦਾ ਨੰਬਰ ਰੱਖਤੇ ਗਏ, ਜਿਹੜੇ ਕਿ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਡਾਕਟਰਾਂ ਨੇ ਯਾਨੀ ਕਿ ਕੈਂਡੀਡੇਟਸ ਨੇ ਜਾਲੀ ਸਰਟੀਫਿਕੇਟ ਸੋਸ਼ਲ ਵਰਕ ਦੇ ਬਣਾਏ। ਜੱਜ ਸਾਹਿਬ ਨੇ ਲਿਖਿਆ ਕਿ ਇਹ ਵੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਕਾਫੀ ਸਾਰੇ ਕੈਂਡੀਡੇਟ ਜੋ ਕਿ ਡਾਕਟਰ ਭਰਤੀ ਹੋਣਾ ਚਾਹੁੰਦੇ ਸੀ ਉਹ ਮੈਂਬਰਾਂ ਦੇ ਸੰਪਰਕ ਦੇ ਵਿੱਚ ਸੀ। ਅੱਗੇ ਉਹ ਲਿਖਦੇ ਆ ਕਿ ਮੈਂਬਰਾਂ ਨੇ ਯਾਨੀ ਕਿ PPSC ਦੇ ਮੈਂਬਰਾਂ ਨੇ ਸਿਲੈਕਟਰਸ ਨੇ ਇੰਟਰਵਿਊ ਸ਼ੀਟਸ ਜਿਨ੍ਹਾਂ ਦੇ ਉੱਤੇ ਨੰਬਰ ਲਿਖਣੇ ਹੁੰਦੇ ਆ ਮੈਂਬਰਾਂ ਵੱਲੋਂ, ਉਹ ਖਾਲੀ ਪਾਈਆਂ ਗਈਆਂ। ਅੱਗੇ ਲਿਖਦੇ ਆ ਕਿ ਕਈ ਵਾਰੀ ਕੈਂਡੀਡੇਟ ਨੂੰ ਇੰਟਰਵਿਊ ਕਰਨ ਲਈ ਕੁਝ ਸੈਕਿੰਡ ਹੀ ਲਾਏ ਜਾਂਦੇ ਸੀ ਅਤੇ ਉਹਨਾਂ ਦੇ ਅਨੁਮਾਨ ਮੁਤਾਬਕ 45 ਕੈਂਡੀਡੇਟ ਉਹਨਾਂ ਦੀ ਇੰਟਰਵਿਊ ਲੈਸ ਦੈਨ 1 ਘੰਟੇ ਤੋਂ ਵੀ ਘੱਟ ਸਮੇਂ ਦੇ ਵਿੱਚ ਕਰ ਦਿੱਤੀ ਗਈ। ਇਸ ਕਿਸਮ ਦੀ ਮੈਰਿਟ ਇਹਨਾਂ PPSC ਦੇ ਮੈਂਬਰਾਂ ਨੇ ਘੜੀ ਬਣਾਈ ਅਤੇ ਪੰਜਾਬ ਸਰਕਾਰ ਨਾਲ, ਪੰਜਾਬ ਦੇ ਲੋਕਾਂ ਨਾਲ ਵੱਡਾ ਧਰੋਹ ਕਮਾਇਆ। ਜਿਹੜੇ ਮੈਰੀਟੋਰੀਅਸ ਸਟੂਡੈਂਟ ਸੀ, ਕੈਂਡੀਡੇਟ ਸੀ, ਉਹਨਾਂ ਦਾ ਹੱਕ ਮਾਰ ਕੇ ਭਰਤੀ ਕਿਹਨੂੰ ਕੀਤਾ? ਇੱਕ ਸਾਬਕਾ ਹਾਈਕੋਰਟ ਦੇ ਜੱਜ ਦੇ ਸਨ ਇਨ ਲਾਅ ਨੂੰ,
ਫਿਰ ਲੋਅਰ ਜੁਡੀਸ਼ਰੀ ਦੇ ਜੱਜਾਂ ਦੇ ਰਿਸ਼ਤੇਦਾਰਾਂ ਨੂੰ, ਫਿਰ IAS ਤੇ IPS ਅਫਸਰਾਂ ਦੇ ਕਿਥ ਐਂਡ ਕਿਨ ਯਾਨੀ ਕਿ ਯਾਰ ਅਤੇ ਰਿਸ਼ਤੇਦਾਰ ਉਹਨਾਂ ਨੂੰ ਭਰਤੀ ਕੀਤਾ ਗਿਆ। ਸਿਆਸਤਦਾਨਾਂ ਨਾਲ ਕਨੈਕਟਡ ਲੋਕਾਂ ਨੂੰ ਭਰਤੀ ਕੀਤਾ ਗਿਆ। ਵਿਚਾਰਾ ਮਾਤੜ ਪਾੜੂ ਡਾਕਟਰ ਜੋ ਕਿ ਮਿਹਨਤ ਕਰਕੇ ਗਰੀਬੀ ਤੋਂ ਉੱਠ ਕੇ ਅੱਗੇ ਵਧਿਆ, ਉਹਦੀ ਕਿਸੇ ਨੇ ਨਹੀਂ ਸੁਣੀ। ਇਹਨਾਂ ਦੋ ਸਰਕਾਰਾਂ ਵੇਲੇ, ਇਹਨਾਂ ਦੋ ਸਰਕਾਰਾਂ ਦੇ ਅਧਿਕਾਰੀਆਂ ਵੱਲੋਂ ਯਾਨੀ ਕਿ ਕੈਪਟਨ ਅਮਰਿੰਦਰ ਅਤੇ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਦੀ ਸਰਕਾਰ ਵੇਲੇ। ਤੁਹਾਨੂੰ ਇਹ ਸਕੈਂਡਲ ਦੀ ਬੈਕਗਰਾਊਂਡ ਦੇ ਦਿੰਦੇ ਹਾਂ। ਇਹ ਸਾਰੇ ਸਕੈਂਡਲ ਦੇ ਵਿੱਚ ਹਾਂ ਦਾ ਨਾਰਾ ਕਿਹਨੇ ਮਾਰਿਆ? ਉਹ ਸੀ ਸਾਬਕਾ ਹੈਲਥ ਮਿਨਿਸਟਰ ਲਕਸ਼ਮੀ ਕਾਂਤਾ ਚਾਵਲਾ, ਜਿਹਨੇ ਕਿਹਾ ਕਿ ਇਸ ਪ੍ਰੋਸੈਸ ਦੇ ਵਿੱਚ ਪਾਸ ਹੋਏ 312 ਡਾਕਟਰਾਂ ਨੂੰ ਇਮਤਿਹਾਨ ਦੇ ਲਈ ਬਿਠਾਇਆ ਜਾਵੇ, ਇਹਨਾਂ ਨੂੰ ਟੈਸਟ ਕੀਤਾ ਜਾਵੇ। ਖੈਰ ਉਸ ਵਕਤ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲਕਸ਼ਮੀ ਕਾਂਤਾ ਦੀ ਚੱਲਣ ਨਹੀਂ ਦਿੱਤੀ। ਇਹ ਡਾਕਟਰਾਂ ਦੀ ਸਿਲੈਕਸ਼ਨ ਦੋ ਬੈਚਸ ਦੇ ਵਿੱਚ ਹੋਈ। ਪਹਿਲਾ ਬੈਚ 2008 ਦੇ ਵਿੱਚ ਰਿਕਰੂਟ ਕੀਤਾ ਗਿਆ, 100 ਡਾਕਟਰ ਭਰਤੀ ਕੀਤੇ ਗਏ। ਦੂਜਾ ਬੈਚ 2009 'ਚ ਭਰਤੀ ਕੀਤਾ ਗਿਆ, 212 ਡਾਕਟਰ ਰਿਕਰੂਟ ਕੀਤੇ ਗਏ। ਅਤੇ ਫਿਰ ਸ਼ਿਕਾਇਤਾਂ ਹੋਈਆਂ, ਪਟੀਸ਼ਨਾਂ ਪਈਆਂ, ਅਤੇ ਉਸ ਵਕਤ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗੋਂਗਲੂਆਂ ਤੋਂ ਮਿੱਟੀ ਲਾਉਂਦੇ ਹੋਏ ਚੀਫ ਸਕੱਤਰ SC ਅਗਰਵਾਲ ਨੂੰ ਆਦੇਸ਼ ਦਿੱਤਾ ਕਿ 30 ਦਿਨ ਦੇ ਅੰਦਰ ਅੰਦਰ ਜਾਂਚ ਪੂਰੀ ਕਰਕੇ ਇਸ ਰਿਕਰੂਟਮੈਂਟ ਬਾਰੇ ਰਿਪੋਰਟ ਦਿੱਤੀ ਜਾਏ। ਪਰ ਦੋਸਤੋ, ਉਹ ਰਿਕਰੂਟਮੈਂਟ ਦੀ ਰਿਪੋਰਟ SC ਅਗਰਵਾਲ ਵੱਲੋਂ ਕਦੇ ਪੇਸ਼ ਹੀ ਨਹੀਂ ਕੀਤੀ ਗਈ ਅਤੇ ਉਸ ਨੂੰ ਪੁੱਛਿਆ ਵੀ ਨਹੀਂ ਗਿਆ। ਅਤੇ ਫਿਰ ਉੱਠਿਆ ਸਾਬਕਾ DGP KPS ਗਿੱਲ, ਜਿਹਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਯਾਨੀ ਕਿ ਜਨ ਹਿੱਤ ਯਾਚਿਕਾ ਹਾਈਕੋਰਟ ਦੇ ਵਿੱਚ ਦਾਇਰ ਕੀਤੀ। ਉਹਨੇ ਵਕੀਲ ਖੜ੍ਹੇ ਕੀਤੇ ਬਹੁਤ ਹੀ ਸਿਆਣੇ ਅਤੇ ਪਾਪੂਲਰ ਅਨੂਪਮ ਗੁਪਤਾ, ਉਹਨਾਂ ਦੇ ਵਿਰੁੱਧ ਡਾਕਟਰਾਂ ਨੇ ਵਕੀਲ ਖੜ੍ਹਾ ਕੀਤਾ ਰਾਜੀਵ ਆਤਮਾ ਰਾਮ। ਪਰ ਹਾਈਕੋਰਟ ਦੇ ਜਸਟਿਸਿਸ ਸੰਜੇ ਕ੍ਰਿਸ਼ਨ ਕੌਲ ਅਤੇ ਅਗਸਟੀਨ ਜਾਰਜ ਮਸੀਹ ਨੇ ਆਦੇਸ਼ ਦਿੱਤਾ 2013 ਦੇ ਵਿੱਚ ਕਿ ਤੁਸੀਂ 2 ਮੈਂਬਰੀ SIT ਬਣਾਓ। ਇਸ SIT ਦੇ ਵਿੱਚ ਮੈਂਬਰ ਬਣਾਏ ਗਏ ਜੁਆਇੰਟ ਕਮਿਸ਼ਨਰ ਰਿਟਾਇਰਡ CBI MS ਬਾਲੀ, ਅਤੇ ਦੂਜੇ ਮੈਂਬਰ ਬਣਾਏ ਗਏ ਸੁਰੇਸ਼ ਅਰੋੜਾ IPS ਜੋ ਹੁਣ ਰਿਟਾਇਰ ਹੋ ਚੁੱਕੇ ਆ, ਉਸ ਵਕਤ DGP ਵਿਜੀਲੈਂਸ ਬਿਊਰੋ ਸੀ। ਇਹਨਾਂ ਦੋਨਾਂ ਮੈਂਬਰਾਂ ਨੇ ਆਪਣੀ ਜਾਂਚ ਪੂਰੀ ਕਰਕੇ 21/5/2014 ਨੂੰ ਆਪਣੀ ਰਿਪੋਰਟ ਬਾਦਲ ਸਰਕਾਰ ਨੂੰ ਦੇ ਦਿੱਤੀ। ਪਰ ਦੋਸਤੋ, ਹੈਰਾਨੀ ਵਾਲੀ ਗੱਲ ਹੈ, ਹੁਣ ਤੱਕ ਇਸ ਰਿਪੋਰਟ 'ਤੇ ਕੋਈ ਐਕਸ਼ਨ ਨਹੀਂ ਸੀ ਹੋਇਆ। ਅਤੇ ਉਦੋਂ ਬਾਅਦ, ਬਾਦਲ ਤੋਂ ਬਾਅਦ ਕੈਪਟਨ ਦੀ ਸਰਕਾਰ ਰਹੀ। ਇਹ ਸਰਕਾਰ ਨੂੰ ਕਿਹਾ ਜਾਂਦਾ ਇਹ ਬਾਦਲ ਅਤੇ ਕੈਪਟਨ ਦੀ ਭਾਈਵਾਲੀ ਵਾਲੀ ਸਰਕਾਰ ਸੀ, ਚੱਲਦੀ ਅਕਾਲੀਆਂ ਦੀ ਹੀ ਸੀ। ਦਿਖਾਉਣ ਨੂੰ ਮਖੌਟੇ ਦੇ ਤੌਰ 'ਤੇ ਕੈਪਟਨ ਅਮਰਿੰਦਰ ਦੀ ਕਾਂਗਰਸ ਸਰਕਾਰ ਦਾ ਰਾਜ ਸੀ। ਉਹਨੇ ਵੀ ਇਸ ਰਿਪੋਰਟ ਨੂੰ ਦੱਬ ਦਿੱਤਾ। ਹੁਣ ਇਹ ਰਿਪੋਰਟ ਅਜਗਰ ਕਿਵੇਂ ਹੋਈ? ਹਾਈਕੋਰਟ ਦੇ ਵਿੱਚ ਇੱਕ ਮਾਮਲਾ ਦੁਬਾਰਾ ਸ਼ੁਰੂ ਹੋਇਆ। ਹਾਈਕੋਰਟ ਨੂੰ ਯਾਦ ਦਵਾਇਆ ਗਿਆ ਕਿ ਤੁਹਾਡੇ ਵੱਲੋਂ ਕਰਵਾਈ ਗਈ ਜਾਂਚ ਹੁਣ ਤੱਕ ਜਨਤਕ ਨਹੀਂ ਹੋਈ, ਉਹ 'ਤੇ ਐਕਸ਼ਨ ਨਹੀਂ ਹੋਇਆ।
ਭਾਵੇਂ ਉਸ ਜਾਂਚ ਰਿਪੋਰਟ ਦੀਆਂ ਖਬਰਾਂ ਛਪੀਆਂ ਸੀ ਕਿ ਉਹਦੇ ਵਿੱਚ ਰਿਕਰੂਟਮੈਂਟ ਨੂੰ ਗਲਤ ਦੱਸਿਆ ਗਿਆ, ਪਰ ਸਰਕਾਰ ਨੇ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਪੰਜਾਬ ਦੀ ਵਿਜੀਲੈਂਸ ਬਿਊਰੋ ਤੋਂ ਜਵਾਬ ਮੰਗਿਆ ਗਿਆ ਹਾਈਕੋਰਟ ਵੱਲੋਂ, ਅਤੇ ਫਿਰ ਹਰਕਤ 'ਚ ਆਈ ਵਿਜੀਲੈਂਸ ਬਿਊਰੋ ਅਤੇ ਭਗਵੰਤ ਮਾਨ ਦੇ ਆਦੇਸ਼ 'ਤੇ ਉਸ ਰਿਪੋਰਟ ਨੂੰ ਸੁਰਜੀਤ ਕਰਕੇ ਪਰਚਾ ਦਰਜ ਕੀਤਾ ਗਿਆ ਦਸੰਬਰ ਦੇ ਮਹੀਨੇ 'ਚ, ਯਾਨੀ ਕਿ ਬੀਤੇ ਸਾਲ 2023 'ਚ। ਅਤੇ ਫਿਰ ਸ਼ੁਰੂ ਹੋ ਗਈ ਫੜੋ ਫੜੀ। ਸਭ ਤੋਂ ਪਹਿਲਾਂ ਫੜਨ ਵਾਲਾ ਬੰਦਾ, ਯਾਨੀ ਕਿ ਗ੍ਰਿਫਤ 'ਚ ਆਉਣ ਵਾਲਾ ਬੰਦਾ, ਉਹ ਸੀ ਡਾਕਟਰ ਸਤਵੰਤ ਸਿੰਘ ਮੋਹੀ। ਤਸਵੀਰ ਦੁਬਾਰਾ ਸਕਰੀਨ 'ਤੇ ਵੇਖ ਲਵੋ। ਅਤੇ ਫਿਰ ਉਸ ਤੋਂ ਬਾਅਦ ਜਿਹੜੇ ਬੰਦੇ ਭੱਜੇ ਆ, ਜਿਹੜੇ ਹੁਣ ਅੰਡਰਗਰਾਊਂਡ ਹੋ ਗਏ, ਉਹ ਹਨ ਦਲਵੀਰ ਸਿੰਘ ਮਾਹਲ, ਸਿੱਖ ਜੁਡੀਸ਼ਲ ਕਮਿਸ਼ਨ ਦੇ ਮੈਂਬਰ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ, ਅਤੇ ਉਹਨਾਂ ਵੱਲੋਂ ਹੀ ਮੈਂਬਰ ਇੰਡਕਟ ਕੀਤੇ ਗਏ। ਅਤੇ ਫਿਰ ਫਰਾਰ ਹੋਏ ਨੇ ਅਨਿਲ ਸਰੀਨ, ਅਤੇ ਫਰਾਰ ਹੋਈ ਹੈ ਬੀਬਾ ਰਵਿੰਦਰ ਕੌਰ, ਜੋ ਕਿ ਨੂੰਹ ਹੈ। ਦੁਬਾਰਾ ਤਸਵੀਰ ਵੇਖ ਲਓ ਲਾਲ ਸਿੰਘ ਐਕਸ ਮੰਤਰੀ ਦੀ। ਤਾਜ਼ਾ ਜਾਣਕਾਰੀ ਮੁਤਾਬਕ ਜਿਹੜੇ ਡਾਕਟਰ ਜਾਲੀ ਸੋਸ਼ਲ ਵਰਕ ਦੇ ਸਰਟੀਫਿਕੇਟ ਦੇ ਕੇ ਨੰਬਰ ਲਵਾ ਕੇ ਭਰਤੀ ਹੋਏ, ਜਾਂ ਆਪਣੇ ਕਨੈਕਸ਼ਨ ਦੇ ਕਰਕੇ ਭਰਤੀ ਸਿਫਾਰਸ਼ੀ ਹੋਏ, ਉਹਨਾਂ ਨੇ ਇਸ ਮਾਮਲੇ ਦੇ ਚੱਲਦੇ ਪੋਸਟ ਗ੍ਰੈਜੂਏਸ਼ਨ ਦੀਆਂ ਡਿਗਰੀਆਂ ਵੀ ਕਰ ਲਈਆਂ ਸਰਕਾਰੀ ਕੋਟੇ 'ਚ। ਅਤੇ ਇਸ ਵਕਤ ਇਹ ਡਾਕਟਰ ਤਰੱਕੀਆਂ ਲੈ ਕੇ ਹਸਪਤਾਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਸਰਕਾਰੀ 'ਚ ਵੱਡਿਆਂ ਅਹੁਦਿਆਂ 'ਤੇ ਬੈਠੇ ਨੇ, ਜਾਂ ਫਿਰ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾ ਰਹੇ ਨੇ, ਯਾਨੀ ਕਿ ਐਜੂਕੇਸ਼ਨ ਦੇ ਰਹੇ ਨੇ। ਇਹ ਡਾਕਟਰ ਜਿਨ੍ਹਾਂ ਦੀ ਨੀਅਤ, ਜਿਨ੍ਹਾਂ ਦੀ ਇੰਟੈਂਸ਼ਨ, ਜਿਨ੍ਹਾਂ ਦਾ ਇਖਲਾਕ ਬੇਈਮਾਨੀ ਵਾਲਾ ਸੀ, ਉਹ ਅਫਸਰ ਜਿਨ੍ਹਾਂ ਨੇ ਇਹਨਾਂ ਨੂੰ ਰਿਕਰੂਟ ਕੀਤਾ, ਉਹ ਵੀ ਬੇਈਮਾਨੀ ਵਾਲੀ ਆਪਣੀ ਤਬੀਅਤ ਦੇ ਅਨੁਸਾਰ ਚੱਲਦੇ ਰਹੇ। ਉਹ ਹੁਣ ਕੀ ਵਿੱਦਿਆ ਦੇਣਗੇ ਨਵੇਂ ਡਾਕਟਰਾਂ ਨੂੰ? ਉਹ ਕਿਹੋ ਜਿਹੇ ਓਪਰੇਸ਼ਨ ਕਰਾਉਣਗੇ ਗਰੀਬ ਲੋਕਾਂ ਦੇ? ਉਹ ਕਿਹੋ ਜਿਹਾ ਭਵਿੱਖ ਦੇਣਗੇ ਪੰਜਾਬ ਨੂੰ? ਦੋਸਤੋ, ਇਸ 'ਤੇ ਤੁਸੀਂ ਵਿਚਾਰ ਕਰੋ, ਜ਼ਰੂਰ ਕਰੋ। ਨਾਓ ਆ ਟੇਕ ਵਨ ਨੰਬਰ ਵਨ, ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਵਿੱਚ ਡਿਲੇ ਹੋਣ ਨਾਲ ਕਈ ਇੰਟਰਪ੍ਰਟੇਸ਼ਨਸ ਸਾਹਮਣੇ ਆਉਣਗੀਆਂ, ਜਿਹਦੇ ਨਾਲ ਵਿਜੀਲੈਂਸ ਬਿਊਰੋ ਦਾ ਅਕਸ ਖਰਾਬ ਹੋ ਸਕਦਾ ਹੈ। ਉਹਨਾਂ ਨੂੰ ਬਾਕੀ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ। ਪੁਆਇੰਟ ਨੰਬਰ ਟੂ, ਮੇਰੇ ਇੱਕ ਸ਼ਡਿਊਲਡ ਕਾਸਟ ਦੋਸਤ ਨੇ ਮੈਨੂੰ ਕਿਹਾ ਕਿ ਐਂਟੀ ਦਲਿਤ ਰੁੱਖ ਵਿਜੀਲੈਂਸ ਬਿਊਰੋ ਦਾ ਇੱਕ ਵਾਰੀ ਫਿਰ ਸਾਹਮਣੇ ਆ ਗਿਆ, ਕਿਉਂਕਿ ਡਾਕਟਰ ਸਤਵੰਤ ਮੋਹੀ ਦਲਿਤ ਭਾਈਚਾਰੇ ਨਾਲ ਤਾਲੁਕ ਰੱਖਦੇ ਹੈ। ਉਹਨਾਂ ਦੀ ਗ੍ਰਿਫਤਾਰੀ ਵਿਜੀਲੈਂਸ ਬਿਊਰੋ ਨੇ ਤੁਰੰਤ ਕਰ ਲਈ। ਬਾਕੀ ਜਿਹੜੇ ਜਨਰਲ ਕੈਟੇਗਰੀ ਦੇ ਦੋਸ਼ੀ ਨੇ, ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ। ਐਸਾ ਮੰਨਣਾ ਮੇਰੇ ਇੱਕ ਬਹੁਤ ਹੀ ਕਰੀਬੀ ਦਲਿਤ ਦੋਸਤ ਹੈ, ਅਤੇ ਇੱਥੇ ਰੈਫਰੈਂਸ ਦਿੰਦਾ ਚੱਲਾਂ ਬਲਬੀਰ ਆਲਮਪੁਰ ਦੇ ਕੇਸ ਦਾ, ਜਿਹੜਾ ਕਿ ਵਿਜੀਲੈਂਸ ਬਿਊਰੋ ਨੇ ਬਿਲਕੁਲ ਹੀ ਝੂਠਾ ਜਾਲੀ ਆਧਾਰ ਦੇ ਉੱਤੇ ਦਰਜ ਕਰਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੋਈ ਆ। ਸੋ ਇਹ ਜਾਣਕਾਰੀ ਤੁਹਾਨੂੰ ਮੈਂ ਪਹਿਲਾਂ 11 ਵੀਡੀਓ ਦੇ ਵਿੱਚ ਦੇ ਚੁੱਕਿਆ, ਅਤੇ ਇੱਕ ਵਾਰੀ ਫਿਰ ਮੇਰੇ ਦੋਸਤ ਦੇ ਮੰਨਣ ਮੁਤਾਬਕ ਡਾਕਟਰ ਸਤਵੰਤ ਮੋਹੀ ਦੀ ਗ੍ਰਿਫਤਾਰੀ ਤੋਂ ਇਹ ਫਿਰ ਸਿੱਧ ਹੁੰਦਾ ਕਿ ਵਿਜੀਲੈਂਸ ਬਿਊਰੋ ਦਾ ਰੁੱਖ ਦਲਿਤ ਭਾਈਚਾਰੇ ਵੱਲ ਐਂਡੇਮਿਕਲ ਆ, ਇਹਨੂੰ ਅੰਗਰੇਜ਼ੀ 'ਚ ਕਹਿੰਦੇ ਐਂਡੇਮਿਕਲ ਆ, ਦੁਸ਼ਪ੍ਰਭਾਵ ਵਾਲਾ। ਪੁਆਇੰਟ ਨੰਬਰ ਥ੍ਰੀ, ਜਦੋਂ ਇਹ ਮਾਮਲਾ ਹੁਣ ਉੱਠ ਖੜਿਆ ਅਤੇ ਪੰਜਾਬ ਪੁਲਿਸ ਨੂੰ
ਜਿਹੜੀ ਸਿਕਿਉਰਿਟੀ ਦਿੱਤੀ ਆ ਲਾਲ ਸਿੰਘ ਐਕਸ ਮਿਨਿਸਟਰ ਨੂੰ, ਯਾਨੀ ਕਿ ਰਵਿੰਦਰ ਕੌਰ ਦੇ ਸਹੁਰੇ ਨੂੰ, ਜਿਹੜੀ ਸਿਕਿਉਰਿਟੀ ਦਿੱਤੀ ਆ ਰਜਿੰਦਰ ਸਿੰਘ ਐਕਸ MLA ਨੂੰ, ਅਤੇ ਜਿਹੜੀ ਸਿਕਿਉਰਿਟੀ ਦਿੱਤੀ ਆ BJP ਦੇ ਅਨਿਲ ਸਰੀਨ ਸਪੋਕਸਮੈਨ ਨੂੰ ਅਤੇ ਹੋਰਨਾਂ ਨੂੰ, ਦਲਬੀਰ ਸਿੰਘ ਮਾਹਲ ਨੂੰ, ਉਹ ਤੁਰੰਤ ਵਾਪਸ ਲੈਣੀ ਚਾਹੀਦੀ ਹੈ, ਕਿਉਂਕਿ ਉਹ ਕਾਨੂੰਨ ਤੋਂ ਭਗੌੜੇ ਹੋ ਚੁੱਕੇ ਨੇ, ਅੰਡਰਗਰਾਊਂਡ ਹੋ ਚੁੱਕੇ ਨੇ। ਪੁਆਇੰਟ ਨੰਬਰ 4, ਇਹਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਨੂੰ ਇੰਟੈਲੀਜੈਂਸ ਚੀਫ, ਜੋ ਕਿ ਬਹੁਤ ਹੀ ਸੁਹਿਰਦ ਔਰ ਐਫੀਸ਼ੈਂਟ ਆਫਿਸਰ RK Jaiswal ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਨੇ, ਉਹਨਾਂ ਨੂੰ ਕਹਿਣਾ ਚਾਹੀਦਾ ਕਿ ਆਪਣੀ ਟੀਮ ਨੂੰ ਲਾ ਕੇ ਇੰਟੈਲੀਜੈਂਸ ਇਕੱਠੀ ਕੀਤੀ ਜਾਏ, ਇਹਨਾਂ ਦੇ ਟੈਲੀਫੋਨ ਟੈਪ ਕੀਤੇ ਜਾਣ ਪਰਿਵਾਰਕ ਮੈਂਬਰਾਂ ਦੇ, ਕਿ ਦੋਸ਼ੀ ਐਡਾ ਵੱਡਾ ਸਕੈਂਡਲ ਰਚ ਕੇ ਹੁਣ ਫਰਾਰ ਕਿੱਥੇ ਹੋ ਗਏ, ਅਤੇ ਜ਼ਮਾਨਤਾਂ ਲੈਣ ਦੀ ਕੋਸ਼ਿਸ਼ ਕਿਵੇਂ ਕਰ ਰਹੇ ਹੈ। ਇਹ ਵੀ ਇੱਥੋਂ ਇੱਕ ਇਨਫਰੈਂਸ ਡਰਾ ਹੋ ਸਕਦਾ ਹੈ, ਸ਼ਾਇਦ ਉਹਨਾਂ ਦੀ ਗ੍ਰਿਫਤਾਰੀ ਇਸ ਕਰਕੇ ਨਹੀਂ ਕੀਤੀ ਜਾ ਰਹੀ, ਡਿਲੇਅ ਕੀਤੀ ਜਾ ਰਹੀ ਹੈ ਵਿਜੀਲੈਂਸ ਬਿਊਰੋ ਵੱਲੋਂ, ਤਾਂ ਕਿ ਉਹਨਾਂ ਨੂੰ ਆਪਣੀ ਅਗਾਊਂ ਜ਼ਮਾਨਤ ਕਰਾਉਣ ਦਾ ਮੌਕਾ ਦਿੱਤਾ ਜਾਏ, ਸਮਾਂ ਦਿੱਤਾ ਜਾਏ। ਇੱਥੇ ਮੈਂ ਬੇਨਤੀ ਜੁਡੀਸ਼ਰੀ ਨੂੰ ਵੀ ਕਰਾਂਗਾ ਕਿ ਇਹੋ ਜਿਹੇ ਲੋਕਾਂ ਨੂੰ ਪਹਿਲੋਂ ਪਹਿਲ ਜ਼ਮਾਨਤ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ, ਕਿਉਂਕਿ ਇਹਨਾਂ ਦੀ ਕਸਟੋਡੀਅਲ ਇੰਟੈਰੋਗੇਸ਼ਨ ਬਹੁਤ ਜ਼ਰੂਰੀ ਆ। ਵਿਜੀਲੈਂਸ ਬਿਊਰੋ ਡਿਲੀਵਰ, ਯਾਨੀ ਕਿ ਮੈਰਿਟ ਦੇ ਆਧਾਰ 'ਤੇ ਡਿਲੀਵਰ ਤਾਂ ਕਰ ਪਾਏਗੀ ਜੇ ਦੋਸ਼ੀਆਂ ਦੀ ਕਸਟੋਡੀਅਲ ਇੰਟੈਰੋਗੇਸ਼ਨ ਸੰਭਵ ਹੋਏਗੀ, ਜਿਸ ਦੀ ਕਿ ਵਿਜੀਲੈਂਸ ਬਿਊਰੋ ਪ੍ਰਾਰਥਨਾ ਅਦਾਲਤਾਂ ਦੇ ਅੱਗੇ ਕਰ ਰਹੀ ਹੈ। ਇਹਨਾਂ ਬੇਨਤੀਆਂ ਦੇ ਨਾਲ ਇਜਾਜ਼ਤ ਚਾਹੁੰਦਾ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ, ਖੁਦਾ ਹਾਫਿਜ਼।